ਸਨ 47 ਦੇ ਵਿੱਚ ਮੈਂ ਪਾਕਿਸਤਾਨ ਤੋਂ ਆਇਆ ਜੀ। ਉਦੋਂ ਮੈਂ 10ਵੀਂ ਜਮਾਤ 'ਚ ਪੜ੍ਹਦਾ ਸੀਗਾ ਅਤੇ ਇੱਥੇ ਆ ਕੇ ਇਮਤਿਹਾਨ ਦਿੱਤਾ ਸੀ। ਜਿੱਦਾਂ ਅੱਜ ਕੱਲ੍ਹ ਨਹੀਂ ਮਿਲਦੀ ਹੈ, ਉਦੋਂ ਵੀ ਜੋਬ ਨਹੀਂ ਸੀ ਮਿਲਦੀ। 1948-52 ਦੀ ਗੱਲ ਹੈ। ਉਦੋਂ ਫਿਰ ਮੈਂ ਨੂਰ ਮਹਿਲ ਸਕੂਲ ਜਿਹੜਾ ਜਿੱਥੇ ਮੈਂ ਪਹਿਲਾਂ ਪੜ੍ਹਿਆ ਸੀਗਾ ਜੀ, ਉੱਥੇ ਮੈਂ ਨੌਕਰੀ ਕੀਤੀ। ਮੇਰੇ ਘਰ 90 ਰੁਪਏ ਦੇ ਦਿੱਤੇ ਮੈਨੂੰ ਉਹਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਿਲ ਬਹੁਤ ਬਹੁਤ ਤੁਹਾਡੇ ਆਉਣ ਦਾ ਸ਼ੁਕਰੀਆ। ਡਾਕਟਰ ਸਾਹਿਬ, ਅਸੀਂ ਦੇਖ ਰਹੇ ਸੀ ਇੱਕ ਦਿਨ ਨਗਰ ਬਿਲਗਾ ਦਾ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਿਹੜਾ 1953 ਦੇ ਵਿੱਚ ਤੁਸੀਂ ਬਤੌਰ ਟੀਚਰ ਉੱਥੇ, ਤੁਹਾਡੀ ਤਸਵੀਰ ਦੇਖੀ ਗਈ ਆ, ਉਹ ਤੁਹਾਡੀ ਪਹਿਲੀ ਜੁਆਇਨਿੰਗ ਸੀ ਜਾਂ ਦੂਸਰੀ ਜੁਆਇਨਿੰਗ ਸੀਗੀ? ਨਗਰ ਬਿਲਗਾ ਲਈ ਕੋਈ ਦੋ ਸ਼ਬਦ। ਦੇਖੋ, ਨਗਰ ਬਿਲਗਾ ਦਾ ਮੈਂ ਬਹੁਤ ਸ਼ੁਰੂ ਤੋਂ ਜਾਣਦਾ। ਜਦ 1947 ਦੇ ਵਿੱਚ ਮੈਂ ਪਾਕਿਸਤਾਨ ਤੋਂ ਆਇਆ, ਉਦੋਂ ਮੈਂ 10ਵੀਂ ਜਮਾਤ 'ਚ ਪੜ੍ਹਦਾ ਸੀਗਾ ਅਤੇ ਇੱਥੇ ਆ ਕੇ ਇਮਤਿਹਾਨ ਦਿੱਤਾ ਸੀ। ਬਿਲਗੇ ਦੇ ਬਹੁਤ ਸਾਰੇ ਸਟੂਡੈਂਟ, ਮੇਰੇ ਖਿਆਲ 25-30 ਸੀਗੇ, ਜਿਹੜੇ ਕਿ ਉੱਥੇ ਜਾਂਦੇ ਹੁੰਦੇ ਸੀ ਆਪਣਾ ਦੁਆਬਾ ਏਰੀਆ ਸਕੂਲ 'ਚ, ਨੂਰ ਮਹਿਲ ਇਰਦ ਗਿਰਦ ਦੇ ਹੋਰ ਵੀ ਲੋਕ ਆਉਂਦੇ ਸੀ। ਸੋ ਕੁਛ ਇੱਕ ਦੋਸਤ ਆ, ਹੁਣ ਤਾਂ ਬਹੁਤ ਦੇਰ ਹੋ ਗਈ ਸਾਨੂੰ, ਕਿੱਥੇ 47 ਤਾਂ ਕਿੱਥੇ ਮੁੜ ਕੇ ਆ ਜਾਣਾ, ਆਓ ਨਾ ਭੁੱਲ ਜਾਂਦੇ ਆ। ਅਤੇ ਲੇਕਿਨ ਕਾਫੀ ਮੇਰਾ ਉਹਨਾਂ ਨਾਲ ਤਾਲਕ ਸੀਗਾ ਜੀ। ਦੂਜੀ ਗੱਲ ਇਹ ਕਿ ਬਿਲਗਾ ਜਿਹੜਾ ਇੱਕ ਆਜ਼ਾਦੀ ਦੇ ਘੁਲਾਟੀਆਂ ਦੀ ਇੱਕ ਜਗ੍ਹਾ ਕਹੀ ਜਾ ਸਕਦੀ ਹੈ ਬਿਲਗਾ, ਅਤੇ ਇਹ ਮੇਰੇ ਤਾਲਕ ਇਹਨਾਂ 1953 'ਚ ਪਿਆ ਜੀ। ਉਦੋਂ 1952 ਵਿੱਚ ਮੈਂ ਜਦ BSc ਕੀਤੀ ਆ ਅਤੇ ਜੋਬ ਨਹੀਂ ਸੀ ਮਿਲਦੀ। ਜਿੱਦਾਂ ਅੱਜ ਕੱਲ੍ਹ ਨਹੀਂ ਮਿਲਦੀ, ਉਦੋਂ ਵੀ ਜੋਬ ਨਹੀਂ ਸੀ ਮਿਲਦੀ। 1948-52 ਦੀ ਗੱਲ ਹੈ ਜੀ। ਅਤੇ ਉਦੋਂ ਫਿਰ ਮੈਂ ਨੂਰ ਮਹਿਲ ਸਕੂਲ ਜਿਹੜਾ ਜਿੱਥੇ ਮੈਂ ਪਹਿਲਾਂ ਪੜ੍ਹਿਆ ਸੀਗਾ ਜੀ, ਉੱਥੇ ਮੈਂ ਨੌਕਰੀ ਕੀਤੀ। ਮੇਰੇ ਖਿਆਲ 90 ਰੁਪਏ ਦੇ ਦਿੱਤੇ ਮੈਨੂੰ ਉਹਨੇ, ਪਰ 90 ਰੁਪਏ ਬਹੁਤ ਹੁੰਦੇ ਸੀ ਉਦੋਂ। ਪਰ ਥੋੜ੍ਹਾ ਚਿਰ ਕੀਤਾ, ਫਿਰ ਮੇਰੀ ਸਰਵਿਸ 52 ਆਪਣਾ ਸਤੰਬਰ ਅਕਤੂਬਰ 'ਚ, ਉਦੋਂ ਪੈਪਸੂ ਹੁੰਦਾ ਸੀ ਪਟਿਆਲਾ ਸਟੇਟ, ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ, ਉਹਦੇ ਵਿੱਚ ਮੈਨੂੰ ਜੋਬ ਮਿਲ ਗਈ ਅਤੇ ਐਗਰੀਕਲਚਰ ਇੰਸਪੈਕਟਰ। ਔਰ ਐਗਰੀਕਲਚਰ ਇੰਸਪੈਕਟਰ ਦੀ ਤਨਖਾਹ ਉਦੋਂ 140 ਰੁਪਈਏ ਹੁੰਦੀ ਸੀ, ਔਰ ਇਹ ਤਹਿਸੀਲਦਾਰ ਨਾਲੋਂ ਜ਼ਿਆਦਾ ਹੁੰਦੀ ਸੀ। ਅਤੇ ਫਿਰ ਜਦ ਉਹ ਥੋੜ੍ਹੀ ਦੇਰ ਬਾਅਦ ਸਕੀਮਾਂ ਆਉਂਦੀਆਂ ਹੁੰਦੀਆਂ ਸੀ, ਉਹ ਸਕੀਮਾਂ ਖਤਮ, ਸਕੀਮ ਖਤਮ ਹੋ ਗਈ ਤਾਂ ਆਪਣੀ ਜੋਬ ਵੀ ਜਾਂਦੀ ਰਹੀ। ਮੈਂ ਫਿਰ ਘਰ ਆ ਗਿਆ। ਉਹਦੇ ਸੀ ਚੂਹੇ ਕੀ ਵਿੱਚ ਸਾਡੀ ਟੈਂਪਰੇਰੀ ਅਲਾਟਮੈਂਟ ਸੀ ਨਾਲ ਨੂਰ ਮਹਿਲ ਦੇ, ਅਤੇ ਉੱਥੋਂ ਫਿਰ ਤੁਹਾਡੇ ਪਿੰਡ ਦਾ ਬਿਲਗੇ ਦਾ ਸੰਤਾ ਸਿੰਘ ਸੀ ਜੀ, ਉਹ ਮੈਨੂੰ ਬਿਲਗੇ ਲੈ ਗਿਆ, ਨਵਾਂ ਸਕੂਲ ਖੋਲ੍ਹਿਆ ਸੀ ਸੈਕਿੰਡ ਮਾਸਟਰ ਦੇ ਤੌਰ 'ਤੇ, ਅਤੇ ਮੈਂ ਸਾਇੰਸ ਪੜ੍ਹਾਉਂਦਾ ਸੀ ਜੀ। ਅਤੇ ਜਿਹੜਾ ਸੀਗਾ ਹੈੱਡ ਮਾਸਟਰ, ਉਹ ਸੀਗਾ ਸ਼ੰਕਰ ਦਾ ਸੀ, ਉਹ ਨੂਰ ਮਹਿਲ 'ਚ ਮੇਰਾ ਟੀਚਰ ਵੀ ਰਿਹਾ ਸੀ ਜੀ। ਅਤੇ ਥੋੜ੍ਹੇ ਚਿਰ ਮੈਂ ਕੀਤੀ ਨੌਕਰੀ ਉੱਥੇ, ਅਤੇ ਮਤਲਬ ਅੱਛਾ ਸੀਗਾ। ਫਿਰ ਮੈਨੂੰ ਉਹਨਾਂ ਨੇ ਔਫਰ ਕੀਤੀ, ਮੈਂ ਫਿਰ ਮੈਨੂੰ ਜੋਬ ਮਿਲ ਗਈ ਐਗਰੀਕਲਚਰ ਇੰਸਪੈਕਟਰ ਦੀ, ਅਤੇ ਸਕੀਮ ਨਵੀਆਂ ਆ ਗਈਆਂ। ਅਤੇ ਇਹ ਸੰਤ ਅਸੀਂ ਕਹਿਣ ਲੱਗੇ ਵੀ ਤੁਹਾਨੂੰ ਪੂਰਾ ਗ੍ਰੇਡ 120 ਰੁਪਏ ਦਾ ਦੇ ਦਿੰਦੇ ਹਾਂ, ਤੁਹਾਨੂੰ ਟ੍ਰੇਨਿੰਗ ਆਪਣੀ ਹੁੰਦੀ ਸੀ BT ਬੈਚਲਰ ਆਫ ਟੀਚਿੰਗ, ਵੀ ਉਹ ਤੁਹਾਨੂੰ ਨਾਲ ਟ੍ਰੇਨਿੰਗ ਵੀ ਦਵਾ ਦਿੰਦੇ ਹਾਂ। ਮੈਂ ਕਹਿੰਦਾ ਵੀ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਐਗਰੀਕਲਚਰ ਦੀ ਹੈ, ਅਤੇ ਮੈਂ ਉੱਥੇ ਹੀ ਸੂਟ ਕਰੂੰਗਾ। ਮੈਂ ਫਿਰ ਮਾਫੀ ਮੰਗ ਕੇ ਉੱਥੇ ਚਲਾ ਗਿਆ ਸੀ ਜੀ। ਫਿਰ ਉਹਦੇ ਬਾਅਦ ਐਗਰੀਕਲਚਰ ਡਿਪਾਰਟਮੈਂਟ 'ਚ ਹੋਰ ਚੱਲਦਾ ਜਾਇਆ ਜੀ। ਸੋ ਇੰਨੀ ਕੁ ਮੇਰੀ ਐਸੋਸੀਏਸ਼ਨ ਸੀ ਬਿਲਗੇ ਦੇ ਨਾਲ ਜੀ। ਹੁਣ ਬਿਲਗੇ ਦੇ ਵਿੱਚ ਜਿਹੜਾ ਕਾਲਜ ਸਕੂਲ ਖੋਲ੍ਹਿਆ, ਜਿਹੜਾ ਹਸਪਤਾਲ ਖੋਲ੍ਹਿਆ ਜੀ, ਬਿਲਗਾ ਚੈਰੀਟੇਬਲ ਹੋਸਪਿਟਲ ਜਿਹੜਾ ਹੈਗਾ, ਉਹਦਾ ਮੈਂ ਜਿਹੜਾ ਹੈਗਾ, ਜਿਹੜੇ ਓਰੀਜਨਲ ਫਾਊਂਡਰ ਮੈਂਬਰ ਨੇ ਉਹਨਾਂ ਦੇ ਵਿੱਚ ਮੇਰਾ ਨਾਂ ਆਇਆ ਜੀ। ਉਹ ਮੇਰੀ ਸਲਾਹ ਨਾਲ ਸਾਰਾ ਕੰਮ ਕਰਦੇ ਆ ਉਹ ਜੀ, ਸਾਰੀ ਜਿਹੜੀ ਕਮੇਟੀ ਹੈਗੀ ਆ ਜੀ। ਅਤੇ ਇਹ ਸ਼ੁਰੂ ਵਿੱਚ ਜਦ ਸ਼ੁਰੂ ਕੀਤਾ ਹਸਪਤਾਲ, ਬਹੁਤ ਸੋਹਣਾ ਬਣਿਆ ਹਸਪਤਾਲ, 7 ਏਕੜ ਜ਼ਮੀਨ ਦੇ ਵਿੱਚ ਹੈ, ਔਰ ਲੈਂਡਸਕੇਪਿੰਗ ਉਹ ਬਿਲਗੇ ਨੇ ਕੀਤੀ ਆ, ਜਿਸ ਜਿੰਦਰ ਬਿਲਗੇ ਨੇ। ਥੀਏਟਰ, ਓਪਰੇਸ਼ਨ ਥੀਏਟਰ ਬਹੁਤ ਸੋਹਣਾ, ਇਨਫਰਾਸਟ੍ਰਕਚਰ ਬਹੁਤ ਵਧੀਆ। ਅਤੇ ਲੇਕਿਨ ਪ੍ਰੋਬਲਮ ਇਹ ਸੀ ਸਾਡੇ ਕੋਲੋਂ ਟੀਚਰ ਜਿਹੜਾ ਸੀਗਾ ਨਾ ਆਪਣਾ ਡਾਕਟਰ, ਉਹ ਟਿਕਦਾ ਨਹੀਂ ਸੀ ਜੀ।
ਕਿਉਂਕਿ ਕਿਸੇ ਕੇਡਰ 'ਚ ਨਹੀਂ ਸੀ। ਫਿਰ ਉਹ ਰੈਫਰੈਂਸ ਕਰੀ ਜਾਂਦਾ ਸੀ ਤਾਂ ਨਤੀਜੇ ਵਜੋਂ ਹਸਪਤਾਲ ਦਾ ਕੋਈ ਫਾਇਦਾ ਨਹੀਂ ਸੀ ਹੁੰਦਾ। ਫਿਰ ਮੈਨੂੰ ਕਹਿਣ ਲੱਗੇ ਵੀ ਕਰੀਏ, ਫਿਰ ਮੈਂ ਇੱਥੇ CMC ਨਾਲ ਗੱਲ ਕੀਤੀ। ਪਹਿਲਾਂ ਮੈਂ ਸੋਚਿਆ ਵੀ DMC ਨੇ ਕਰਦਾ, ਫਿਰ DMC ਵੀ ਜ਼ਿਆਦਾ ਕਮਰਸ਼ਲ ਹੈ ਅਤੇ CMC ਜਿਹੜਾ ਹੈ ਉਹਦੇ 'ਚ ਹਾਲੇ ਵੀ ਮਿਸ਼ਨਰੀ ਸਪਿਰਿਟ ਹੈ। ਸੋ ਮੈਂ ਡਾਕਟਰ ਮੇਰੇ ਸੰਪਰਕ ਸੀਗਾ ਅਤੇ ਮੈਂ ਉਹਨਾਂ ਗੱਲਬਾਤ ਕੀਤੀ, ਅਸੀਂ CMC ਨੂੰ ਹੈਂਡਓਵਰ ਕਰਤਾ। ਹੁਣ CMC ਦਾ ਯੂਨਿਟ ਹੈ, ਸਾਨੂੰ ਉੱਥੇ ਦਾਖਲ ਹੋਣਾ, ਕਿਸ ਨਾਲ CMC ਦਾਖਲ ਹੋਣਾ ਹੈ। ਉਹਨਾਂ ਸਾਡੇ ਕੋਲ ਸਰਜਨ ਬਹੁਤ ਅੱਛਾ, ਡਾਕਟਰ ਬਹੁਤ ਅੱਛੇ ਨੇ ਜਿਹੜੇ ਹੈਗੇ ਆ, ਅਤੇ ਜੇ ਫਿਰ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਹੈਗੀ ਆ, ਉਹ ਚੱਕ ਕੇ ਇੱਥੇ ਆ ਜਾਂਦੀ ਹੈ। ਹੁਣ ਹਸਪਤਾਲ ਠੀਕ ਚੱਲ ਰਿਹਾ ਉਹ, ਹੁਣ ਥੋੜ੍ਹੀ ਦੇਰ ਹੋਈ ਆ ਅਸੀਂ ਉੱਥੋਂ ਆਕਸੀਜਨ ਦੀ ਮਸ਼ੀਨ ਦੀ ਜਿਹੜੀ ਮਸ਼ੀਨ ਦਿੱਤੀ ਹੈ ਉਹ ਕੀਤੀ ਹੈ, ਅਤੇ ਉਹਦੇ ਬਾਅਦ ਹੁਣ ਡਾਇਲਿਸਿਸ ਦੇ ਇਕੁਪਮੈਂਟ ਦਿੱਤੀ ਹੈ। ਯਾਨੀ ਹੌਲੀ ਹੌਲੀ ਜਿਹੜੇ ਆਪਣੇ ਇੰਗਲੈਂਡ ਦੇ ਵਿੱਚ ਬੈਠੇ ਨੇ ਜਗਜੀਤ ਸਿੰਘ ਸੰਘੇੜਾ, ਉਹਦੇ ਸਾਥੀ ਜਿਹੜੇ ਸਾਰੇ, ਉਹ ਪੈਸੇ 6 ਮਹੀਨਿਆਂ ਬਾਅਦ ਇਕੱਠੇ ਕਰਕੇ ਲੈ ਆਉਂਦੇ ਆ। ਅਸੀਂ ਪੈਸਾ ਨਗਦ ਨਹੀਂ ਦਿੰਦੇ ਉਹਨਾਂ ਨੂੰ, ਅਤੇ ਉਹ ਜਿਹੜੇ ਆ ਕੋਈ ਇਕੁਪਮੈਂਟ ਜਿਹੜੀ ਆ ਕੋਈ ਨਾ ਕੋਈ ਦਿੰਦੇ ਆ। ਸੋ ਮੇਰਾ ਖਿਆਲ ਆ 1-2 ਸਾਲ ਦੇ ਵਿੱਚ ਕੋਈ ਵੀ ਇਕੁਪਮੈਂਟ ਐਸੀ ਨਹੀਂ ਹੋਊਗੀ ਜਿਹੜੀ ਉੱਥੇ ਨਾ ਹੋਊਗੀ। ਮਤਲਬ ਹੁਣ ਤੁਸੀਂ ਉੱਥੇ ਔਜ਼ਾਰ ਖਰੀਦ ਕੇ ਦਿੰਦੇ ਹੋ ਕਿ ਜਾਂ ਉਹਨਾਂ ਨੂੰ ਕੋਈ ਮੰਥਲੀ ਵੀ ਪੇ ਕਰਦੇ ਆ CMC ਵਾਲਾ? ਮੰਥਲੀ ਕੁਛ ਨਹੀਂ ਪੇ ਕਰਦੇ, ਅਸੀਂ ਸਿਰਫ ਉਹਨਾਂ ਨੂੰ ਇਕੁਪਮੈਂਟ ਦਿੰਦੇ ਹਾਂ, ਮਸ਼ੀਨਰੀ ਖਰੀਦ ਜਿਹੜੀ ਦਿੰਦੇ ਹਾਂ।